ਮੈਂ ਪ੍ਰੈਂਕ ਕੀਤਾ ਤੁਹਾਡੇ ਤੇ। ਹੈਪੀ ਬਰਥਡੇ ਡੀਅਰ ਭਾਬੀ। ਕਿਆ ਕਹਿੰਦੇ ਦੁੱਧ ਦੇ ਗਲਾਸ ਨਾਲ ਆਟਾ ਸੌਫਟ ਹੁੰਦਾ, ਮੈਂ ਸੁਣਿਆ ਹੈ। ਆਪਕੇ ਲਾਰਡ ਅੰਸ਼ੂ ਨੇ ਜੋ ਬੇਵਕੂਫੀ ਕੀ ਹੈ। ਸੋਰੀ ਦੀਦੀ, ਸਬਜ਼ੀ ਤਾਂ ਹੈ ਹੀ ਨਹੀਂ। ਸਬਜ਼ੀ ਤਾਂ ਹੈ ਨਹੀਂ, ਮੈਨੂੰ ਪਤਾ ਨਹੀਂ ਹੈ ਕਿ ਸਬਜ਼ੀ ਹੰਨੀ ਹੈ। ਤੁਹਾਡਾ ਗਲਾ ਘੋਟਦਾ ਕੋਫੀ। ਹੈਪੀ ਐਨੀਵਰਸਰੀ ਬੱਬੂ। ਹੈਪੀ ਐਨੀਵਰਸਰੀ ਗਾਇਸ। ਥੈਂਕ ਯੂ। ਥੈਂਕ ਯੂ। ਦੁੱਧ ਮਾਮੂ ਗੁੜੀਆਂ ਨਾਲ ਖੇਲਦੇ ਪਏ ਆ। ਮੇਰੀ ਮੈਰਿਜ ਐਨੀਵਰਸਰੀ ਫਸਟ ਤੇ ਦੂਜੇ ਹੈਗਾ ਦੀਦੀ ਦਾ ਬਰਥਡੇ, ਤੇ ਦੋ ਦੋ ਖੁਸ਼ੀਆਂ ਕੱਢੀਆਂ ਆਈਆਂ। ਸੋ ਚਲੋ ਚੱਲੀਏ ਬਾਹਰ ਤੇ ਦੇਖਦੇ ਕਿ ਮੂਲ ਚਾਲ ਆ ਅੱਧੇ ਦਿਨ ਦਾ, ਤੇ ਅੱਜ ਪੱਕੀ ਕਰਨਾ ਕੀ ਨਹੀਂ ਕਰਨਾ। ਸੋ ਜਿੱਦਾਂ ਆਪਾਂ ਦੂਜੇ ਕਮਰੇ ਜਾਂਦੇ ਤੇ ਇੱਥੇ ਪਹਿਲਾਂ ਆਪਾਂ ਦੇਖ ਸਕਦੇ ਭਈਆ ਤੇ ਗੁੜੀਆ ਇਕੱਠੇ ਸੁੱਤੇ ਪਏ ਆ ਬੜੇ ਆਰਾਮ ਨਾਲ, ਤੇ ਮੰਮਾ ਇੱਥੇ ਫੋਨ ਚਲਾ ਰਿਹਾ, ਨਹਾ ਧੋ ਕੇ ਫਰੈਸ਼ ਹੋ ਕੇ ਬੈਠੇ ਦੇ ਆ, ਤੇ ਬੂਬੂ ਉੱਥੇ। ਬੂਬੂ ਹੈਪੀ ਐਨੀਵਰਸਰੀ। ਥੈਂਕ ਯੂ। ਤੇ ਇੱਥੇ ਨਾਨੀ ਅੰਮਾ ਦੇ ਲੱਡੂ ਫੋਨ ਤੇ ਲੱਗੇ ਪਏ ਆ। ਸੋ ਘਰ ਦੇ ਮੂਲ ਚਾਲ ਸਾਰੇ ਆਪਣੇ ਆਪਣੇ ਕੰਮ ਲੱਗੇ ਦੇ ਆ, ਕਿਸੇ ਨੂੰ ਕਿਸੇ ਜਗ੍ਹਾ ਅਜੇ ਟਾਈਮ ਨਹੀਂ ਹੈਗਾ। ਪੱਖਾ ਹੁਣ ਕਰਤਾ, ਤੁਸੀਂ ਸਾਰੇ ਇੰਜੋਏ ਕਰੋ ਇੱਥੇ, ਤੇ ਆਪਾਂ ਚਲੀਏ ਭਾਬੀ ਦੇ ਕੋਲ। ਤੇ ਭਾਬੀ ਨੂੰ ਵੀ ਅੱਜ ਬਰਥਡੇ ਵਿਸ਼ ਕਰੀ, ਬਿਕੋਜ਼ ਭਾਬੀ ਦਾ ਹੀ ਬਰਥਡੇ। ਭਾਬੀ ਜੀ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਭਾਬੀ, ਹੈਪੀ ਬਰਥਡੇ ਟੂ ਯੂ। ਸੋ ਇੱਕ ਦੀ ਪੂਰੀ ਆਊਟਫਿਟ ਦਿਖਾ ਸਕਦੇ ਹੋ ਆਪਣੀ? ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਹੋ, ਏਦਾਂ ਲੱਗ ਰਿਹਾ ਆਸਮਾਨ ਤੋਂ ਪਰੀ ਉਤਰ ਕੇ ਆਈ ਹੈ। ਕਿਆ ਬਾਤ ਹੈ, ਕਿਆ ਆਊਟਫਿਟ ਹੈ, ਕਿਆ ਆਊਟਫਿਟ ਹੈ। ਇੱਧਰ ਵੀ ਕਲੈਕਸ਼ਨ ਮਿਲ ਸਕਦੀ ਹੈ? ਨਹੀਂ। ਸੋ ਇੱਥੇ ਦੁੱਧ ਉਬਲ ਗਿਆ ਕਿਉਂਕਿ ਆਪਾਂ ਦੁੱਧ ਵਾਲੇ ਭਾਬੀ, ਮੈਂ ਸੋਚ ਰਿਹਾ ਸਬਜ਼ੀ ਦੇ ਨਾਣੇ ਵਾਲੇ ਲੈ ਹੀ ਆਏ ਆ, ਆਪਾਂ ਫੁਲਕੇ ਬਣਾ ਲਈ ਦੋਨੋਂ ਮਿਲ ਕੇ, ਠੀਕ ਹੈ। ਸੋ ਗਾਇਸ, ਅੱਜ ਦੀ ਰੋਟੀ ਮੈਂ ਤੇ ਭਾਬੀ ਬਣਾ ਲੱਗੇ ਆ। ਸੋ ਫਟਾਫਟ ਮੈਂ ਆਟਾ ਗੁੰਨਿਆ ਦਾ, ਜਾਂ ਗੁੰਨਾ ਪੈਣਾ? ਸੋ ਪਰਾਤ ਚ ਪਾਈਆ ਆਟਾ ਤੇ ਆਟਾ ਗੁੰਨਿਆ ਦਾ, ਅੱਜ ਫੁਲਕੇ ਦੇ ਬਣਾਈਏ, ਤੇ ਘਰ ਦੀ ਰੋਟੀ ਆਪਾਂ ਖੁਦ ਖਾਈਏ ਕਿਉਂਕਿ ਕਿੰਨੇ ਦਿਨਾਂ ਤੋਂ ਆਪਾਂ ਬਾਹਰਲੀ ਰੋਟੀ ਖਾ ਰਹੇ ਹਾਂ, ਬਿਕੋਜ਼ ਮੁਕੇਸ਼ ਭਾਈ ਹੈ ਨਹੀਂ ਹੈ। ਸੋ ਨਾਨੀ ਅੰਮਾ ਦੇ, ਸੋ ਨਾਨੀ ਅੰਮਾ ਦੇਖੀ ਪਹਿਲਾਂ, ਨਾਨੀ ਅੰਮਾ ਕੀ ਲੈ ਕੇ ਆਏ ਆ? ਖੁੱਲ ਚਾ ਸਿਮ ਸੇਮ। ਸੋ ਨਾਨੀ ਅੰਮਾ ਕੋਈ ਦਾਲ ਲੈ ਕੇ ਆਏ ਆ, ਤੇ ਅੱਜ ਕਰੇਲੇ ਲੈ ਗਏ। ਸੋ ਮੈਂ ਇਹਦੇ ਨਾਲ ਫੁਲਕੇ ਬਣਾਵਾਂ ਫਟਾਫਟ, ਤੇ ਪਹਿਲਾਂ ਆਟਾ ਗੁੰਨਾ, ਫਿਰ ਤੁਹਾਨੂੰ ਮਿਲਦਾ। ਸੋ ਗਾਇਸ, ਫਾਈਨਲੀ ਆਟਾ ਗੁੰਨਣ ਲਈ ਮੈਂ ਸਮਾਨ ਇੱਥੇ ਰੱਖਤਾ, ਤੇ ਮੈਂ ਇੱਕ ਦੁੱਧ ਦਾ ਗਲਾਸ ਵੀ ਰੱਖਿਆ, ਕਹਿੰਦੇ ਦੁੱਧ ਦੇ ਗਲਾਸ ਨਾਲ ਆਟਾ ਸੌਫਟ ਹੁੰਦਾ, ਮੈਂ ਸੁਣਿਆ, ਤੇ ਅੱਜ ਐਕਸਪੈਰੀਮੈਂਟ ਕਰਕੇ ਦੇਖੀ ਜਾਂਦੀ ਆ। ਸੋ ਬਾਕੀ ਮੈਂ ਪਾਣੀ ਵੀ ਰੱਖਤਾ, ਪਰਾਤ ਵੀ ਰੱਖਤੀ ਆ, ਹੁਣ ਮੈਂ ਉੱਥੇ ਟਾਈਮ ਲੈ ਲਵਾਉਣਾ, ਤੁਸੀਂ ਟਾਈਮ ਲੈ ਦੇਖੋ। ਲਾਰਡ ਅੰਸ਼ੂ ਨੇ ਜੋ ਬੇਵਕੂਫੀ ਕੀ ਹੈ ਵੋ ਆਪਕੋ ਦਿਖਾਨੇ ਜਾ ਰਹੇ ਹੈਂ। ਸੋ ਆਟਾ ਮੈਂ ਗੁੰਨਤਾ ਹੈ, ਤੇ ਆਟਾ ਗੁੰਨ ਲਿਆ, ਲੇਕਿਨ ਸਬਜ਼ੀ ਸਬਜ਼ੀ ਅੱਜ ਲੈ ਕੇ ਆ, ਦੇਖ ਸਕਦੇ ਹੋ ਦੋ ਕਰੇਲੇ ਆ, ਤੇ ਮੈਨੂੰ ਲੱਗਾ ਸੀ ਆਪਾਂ ਖਾ ਲਾਂਗੇ, ਪਰ ਇਹ ਕਹਿੰਦੇ ਕਿ ਮੰਮਾ ਕੇ ਲਈ ਲਾਇਆ ਨਾ ਮੰਮਾ। ਤੇ ਸੋਰੀ ਦੀਦੀ, ਔਰ ਆਟਾ ਦੇਖੋ ਇਤਨਾ ਸਾਰਾ ਗੁੰਨ, ਜਦ ਪਤਾ ਨਹੀਂ 100 ਲੋਕ ਦੀ ਰੋਟੀ ਬਣਾਣੀ ਹੋਈ ਇਸਮੇ। ਸੋਰੀ ਭਾਬੀ, ਤੂੰ ਅੱਜ ਤੇ ਬੂਬੂ ਸੈਂਡਵਿਚ ਬਣਾ ਰਹੀ ਹੈ, ਤੇ ਦੇਖ ਸਕਦੇ ਹੋ ਇਹ ਹੁਣ ਕੀ ਕਰਨਾ, ਵੇਸਟੇਜ ਆਫ ਆਟਾ। ਹੁਣ ਕੀ ਕਰਨਾ, ਆਰਡਰ ਆਰਡਰ ਕਰਤਾ। ਸੋ ਗਾਇਸ, ਸੋ ਗਾਇਸ, ਮੇਰਾ ਆਟਾ ਗੁੰਨਣ ਦਾ ਕੋਈ ਫਾਇਦਾ ਨਹੀਂ ਹੋਇਆ, ਤੇ ਹੁਣ ਆਪਾਂ ਮੰਗਾ ਲਗੇ ਬਾਹਰ ਰੋਟੀ, ਤੇ ਰੋਟੀ ਮੰਗਾ ਕੇ ਫੇਰ ਮਿਲਦੇ ਆ। ਸੋ ਗਾਇਸ, ਹੁਣ ਪਲਾਨ ਇੱਕਦਮ ਚੇਂਜ ਹੋ ਚੁੱਕਿਆ, ਤੇ ਮੈਂ ਤੇ ਭਾਬੀ ਚੱਲੇ ਆ ਕ੍ਰਿਸਪੀ ਨਾਨ ਲੈਣ, ਬਿਕੋਜ਼ ਆਪਾਂ ਕਦੇ ਰੋਟੀ ਨਹੀਂ ਬਣਾ ਰਹੇ। ਸਾਰਾ ਪਲਾਨ ਚੇਂਜ ਹੋ ਗਿਆ। ਕੀ ਹੋਇਆ? ਕੋਕ ਅੰਦਰ ਆ, ਚੱਲ ਜਾਣਾ ਭਾਬੀ ਨੂੰ ਅੰਦਰ ਯਾਰ, ਉਹ ਫਿਰ ਮੈਂ ਚੱਪੜੀ ਲੋ ਲੋ ਖੋਲਤਾ। ਸੋ ਭਾਬੀ ਦਾ ਸਾਡਾ ਪਲਾਨ ਹੋ ਗਿਆ ਇੱਕਦਮ ਚੇਂਜ, ਤੇ ਹੁਣ ਆਪਾਂ ਲੈਣ ਚੱਲੇ ਆ। ਚੇਂਜ ਕਿਉਂ ਹੁਆ? ਐਕਚੁਅਲੀ ਸਰ ਜੀ ਕੋ ਪਤਾ ਹੀ ਨਹੀਂ ਥਾ
ਸਬਜ਼ੀ ਤਾਂ ਹੈ ਹੀ ਨਹੀਂ, ਮੈਨੂੰ ਪਤਾ ਨਹੀਂ ਹੈ ਕਿ ਸਬਜ਼ੀ ਹੰਨੀ ਹੈ। ਸੋ ਗਰਮੀ ਤੋਂ ਬਚਦੇ ਬਚਾਉਂਦੇ ਹੁਣ ਆਪਾਂ ਚੱਲੇ ਹਾਂ ਕ੍ਰਿਸਪੀ ਨਾਨ ਲੈਣ। ਸੋ ਆਰਡਰ ਮੈਂ ਉੱਥੇ ਦੇ ਦਿੱਤਾ, ਸੋ ਚਲੋ ਚਲੀਏ। ਸੋ ਗਾਇਜ਼ ਆਪਾਂ ਆਪਣੀ ਨਾਨ ਦੀ ਪਲੇਟਾਂ ਲੈ ਲਈਆਂ ਆਪਣੇ ਕ੍ਰਿਸਪੀ ਨਾਨ ਤੋਂ। ਤੇ ਭਾਬੀ ਯਾਰ ਪਲੀਜ਼ ਯਾਰ ਨਾ ਕਰਿਆ ਕਰੋ, ਮੈਂ ਨਾ ਨਹੀਂ ਚਾਹੁੰਦਾ ਕਿ ਤੁਹਾਡੇ ਬਰਥਡੇ ਤੇ ਮੈਂ ਤੁਹਾਡਾ ਗਲਾ ਘੋਟਦਾ। ਸੋ ਗਾਇਜ਼ ਹੁਣ ਆਪਾਂ ਚੱਲੇ ਹਾਂ ਘਰ। ਭਾਬੀ ਘਰ ਆ ਚੁੱਕਿਆ ਤੇ ਮੇਰੇ ਹੱਥ ਦੇ ਸਮਾਨ ਦੇਖ ਸਕਦੇ ਹੋ, ਅਮੂਲ ਦਾ ਮਿਲਕ ਲੱਭ ਰਹੇ, ਬਰਫ਼ ਲੱਭ ਰਹੀ ਹੋਣੀ ਹੈ, ਡੋਸਾ ਲੱਭ ਰਹੇ ਹੋਣੇ ਆ। ਸੋ ਮੈਂ ਹੁਣ ਬਣਾਵਾਂਗਾ ਕੌਫੀ। ਸੋ ਗਾਇਜ਼ ਮੈਂ ਆਪਣੀ ਪਲੇਟ ਰੈਡੀ ਕਰ ਲਈ ਹੈ, ਇਸ ਵੇਲੇ ਨਾਨੀ ਮੈਂ ਰੋਟੀ ਖਾਧੀ ਸੀ, ਹੁਣ ਮੈਂ ਖਾਣ ਲੱਗਾ ਤੇ ਮੇਰੇ ਨਾਨ ਇੱਚ ਤੇ ਮੈਂ ਨਾਨ ਕੱਢਾ ਖਾਵਾਂ ਤੇ ਭਾਈ ਨੂੰ ਉਠਾਵਾਂ ਤੇ ਕੌਫੀ ਮੇਰੀ ਆ ਰਹੀ ਹੈ, ਮੈਂ ਖਾ ਕੇ ਫਿਰ ਮਿਲਦਾ ਤੁਹਾਨੂੰ। ਸੋ ਗਾਇਜ਼ ਆਪਾਂ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਸਿੱਧਾ ਆ ਗਈ ਸੀ ਰਾਤੀ ਰੈਸਟੋਰੈਂਟ, ਕਿਉਂਕਿ ਆਪਾਂ ਸਾਰਿਆਂ ਜਾਣਾ ਹੈ ਡਿਨਰ ਤੇ। ਡਿਨਰ ਲਈ ਆਪਾਂ ਕਾਫੀ ਲੇਟ ਆਏ ਸੀ ਤੇ ਤੁਹਾਨੂੰ ਮੈਂ ਕੀ ਦੱਸਾਂ ਅੱਗੇ, ਕਿਉਂਕਿ ਆਪਾਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਸੀ। ਸੋ ਜਿੱਦਾਂ ਹੀ ਆਪਾਂ ਇੱਥੇ ਪੁੱਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਫੋਟੋ ਸ਼ੂਟ ਹੋਣ ਨੇ ਗੁੜੀਆ ਦਾ, ਸਾਰੇ ਬਹੁਤ ਪਿਆਰੇ ਤਿਆਰ ਹੋ ਗਏ ਸੀ। ਤੋਂ ਉਹ ਤੋਂ ਬਾਅਦ ਜਿਹੜਾ ਆਪਾਂ ਖਾਣਾ ਆਰਡਰ ਦਿੱਤਾ ਸੀ ਉਹ ਵੀ ਆ ਚੁੱਕਿਆ, ਸਾਰੇ ਹੱਸਦੇ ਪਏ ਸੀ, ਕਹਿੰਦੇ ਕੁੱਕਰ ਲਿਆ ਕੇ ਇਹਨਾਂ ਨੇ ਇੱਥੇ ਰੱਖਤਾ ਤੇ ਭਈਆ ਮੇਰੇ ਤੇ ਪੁਆਇੰਟ ਕਰ ਰਹੇ ਸੀ ਕਿ ਤੂੰ ਆਰਡਰ ਕੀਤਾ। ਸੋ ਉਹਨਾਂ ਨੇ ਕਿਹਾ ਕਿ ਕੁੱਕਰ ਆਪਾਂ ਨੂੰ ਦਿੱਤਾ ਸਬਜ਼ੀਆਂ ਨਾਲ ਥੋੜ੍ਹੀ ਜਿਹੀ ਇੱਕ ਦੋ ਪੇਦੀ, ਲਾਈਕ ਅਦਰਕ ਪੇਦੇ, ਮਿਰਚ ਪੇਦੇ, ਉਹ ਕਹਿੰਦੇ ਆਪੇ ਸੀਟੀ ਵਜਾ ਕੇ ਆਪੇ ਖਾ ਲਿਓ, ਠੀਕ ਹੈ। ਤੇ ਮੈਂ ਭਈਆ ਨੂੰ ਕਹਿੰਦੇ ਭਈਆ ਮੇਰੀ ਗਲਤੀ ਹੈ, ਮੈਨੂੰ ਉੱਪਰ ਭੇਜ ਦੋ ਆਸਮਾਨ 'ਚ, ਠੀਕ ਹੈ। ਤੇ ਬਟਰ ਨਾਨ ਆ ਚੁੱਕੇ ਸੀ, ਨਾਲ ਥੋੜ੍ਹੇ ਇੱਕ ਦੋ ਪਰਾਂਠੇ ਵੀ ਆ ਚੁੱਕੇ ਤੇ ਤੁਸੀਂ ਦੇਖ ਸਕਦੇ ਪਿਆਜ਼ ਵਗੈਰਾ ਵੀ ਟੇਬਲ 'ਤੇ, ਤੇ ਨਾਲ ਹੈਗੀ ਸ਼ਾਹੀ ਟਿੱਕਾ ਮਸਾਲਾ ਜੋ ਵੀ ਪਨੀਰ ਹੀ, ਬਹੁਤ ਸਵਾਦ ਹੀ ਖਾਣ 'ਚ ਵੀ। ਸੋ ਇਹਨਾਂ ਨੇ ਕੁੱਕਰ ਓਪਨ ਕੀਤਾ ਤੇ ਖੁਦ ਨੂੰ ਸਰਵ ਕੀਤਾ ਤੇ ਇਹਨਾਂ ਜੋ ਸਰਵਿੰਗ ਕੀਤੀ ਬਹੁਤ ਮਜ਼ਾ ਆਇਆ, ਬਹੁਤ ਜ਼ਿਆਦਾ ਟੇਸਟੀ। ਸੋ ਸਾਰੇ ਖਾ ਪੀ ਕੇ ਫ੍ਰੀ ਹੋ ਗਏ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਦੇ ਅੱਗੇ ਕੀ ਹੁੰਦਾ। ਸੋ ਗਾਇਜ਼ ਇੱਧਰ ਖਾ ਪੀ ਕੇ ਆਪਾਂ ਹੋ ਗਏ ਸੀ ਫ੍ਰੀ ਤੇ ਹੁਣ ਮੰਮਾ ਨੂੰ ਦੇ ਲੱਗੇ ਗਿਫਟ, ਇੱਕ ਬੜਾ ਪਿਆਰਾ। ਅੱਛਾ ਮੇ ਹੈਪੀ ਹੈਪੀ ਐਨੀਵਰਸਰੀ ਬੱਬੂ, ਹੈਪੀ ਐਨੀਵਰਸਰੀ ਮੇਰੇ ਬਾਪ। ਇਸ ਨਹੀਂ ਇਸ ਮੇ ਦੋਨੋਂ ਮੇ ਤੋ ਰਹੀ ਥੈਂਕ ਯੂ। ਖਾਬੀ ਕੇ ਇਕਦਮ ਹੋ ਚੁੱਕੇ ਹਾਂ ਫ੍ਰੀ ਤੇ ਤੁਸੀਂ ਦੇਖ ਸਕਦੇ ਕੁਛ ਏਦਾਂ ਦੀ ਲੋਕੇਸ਼ਨ ਨਹੀਂ। ਤੇ ਹੁਣ ਅੰਦਰ ਬੂਬੂ ਦੀਦੀ ਭਈਆ ਤੇ ਮੰਮੀ ਖਿੱਚ ਰਹੇ ਫੋਟੋ ਤੇ ਸਾਡੀ ਕਾਰ ਇੱਥੇ ਆ ਚੁੱਕੀ ਹੈ। ਸੋ ਹੁਣ ਆਪਾਂ ਚੱਲੇ ਹਾਂ ਘਰ ਤੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਦਿਨ ਸੀ ਤੇ ਡਿਨਰ ਕਰਨ ਦਾ ਲਾਜਵਾਬ ਕਿਆ ਹੀ ਨਜ਼ਾਰਾ ਆ। ਸੋ ਮੇਰੀ ਕਾਰ ਇੱਥੇ ਆ ਚੁੱਕੀ ਹੈ ਪਿਆਰੀ ਜੀ ਮੇਰੀ, ਲਾਈਕ ਇਹ ਘਰ 'ਚ ਤਾਂ ਜਾਨ ਵਸੀ ਦੀ ਹੈ ਯਾਰ। ਸੋ ਹੁਣ ਮੇਰਾ ਸਾਰਾ ਪਰਿਵਾਰ ਆਇਆ, ਕਿਉਂਕਿ ਇਹਨਾਂ ਦਾ ਫੋਟੋ ਸ਼ੂਟ ਬੂਬੂ, ਇਹਨਾਂ ਦਾ ਫੋਟੋ ਸ਼ੂਟ ਕਦੋਂ ਖਤਮ ਹੋਣਾ ਯਾਰ, ਯਾਰ ਕਿੰਨੀਆਂ ਫੋਟੋ ਖਿੱਚਦੇ, ਸੋ ਲੱਗੇ ਇੰਨੀਆਂ ਫੋਟੋ, ਇੰਨੀਆਂ ਫੋਟੋ ਦੇਖਿਓ, ਪੋਜ਼ ਪੋਜ਼ ਪੋਜ਼। ਸੋ ਹੁਣ ਆਪਾਂ ਚੱਲੇ ਹਾਂ ਘਰ ਤੇ ਸਿੱਧਾ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ। ਸੋ ਗਾਇਜ਼ ਆਪਾਂ ਆਏ ਸੀ ਲੱਡੂ ਲੈਣ, ਲੈ ਤੂੰ ਹਾਏ ਕਹਿ ਦੇ, ਹਾਏ ਗਾਇਜ਼ ਕਹਿ ਦੇ, ਹਾਏ ਗਾਇਜ਼ ਕਹਿ ਦੇ,
ਹਾਏ ਗਾਇਸ ਸੋ ਤੇ ਮਾਮੂ ਗੁੜੀਆਂ ਨਾਲ ਖੇਡਦੇ ਪਏ ਆ ਤੇ ਨਾਨੀ ਮੱਥੇ ਆ ਉੱਥੇ ਟਿਊ ਚਲਦਾ ਪਿਆ ਅਰੇ ਕੁਝ 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 ਸੋ ਲੱਡੂ ਕੀ ਹਾਲ ਚਾਲ ਹੈ ਅਰੇ ਮੈਂ ਠੀਕ ਹਾਂ ਭਈਆ ਤੂੰ ਕੀ ਹਾਲ ਚਾਲ ਹੈ ਅਰੇ ਮੈਂ ਥੱਕੇ ਬਣਾ ਕੇ ਨਾ ਥੱਕ ਕੇ ਕਹਾਂ ਥੇ ਆ ਭਈਆ ਮੈਂ ਪੜਾਈ ਯਾਦ ਕਰ ਰਹਾ ਤਾਂ ਆ ਮੇਰੇ ਸਿੱਤਰੇ ਭਈਆ ਲੱਡੂ ਕਿੰਨਾ ਕੁਝ ਕਹਿੰਦਾ ਨਾ ਯਾਰ ਹੁਣ ਸੋ ਹੁਣ ਆਪਾਂ ਸਾਰੇ ਚੱਲੇ ਕੁਝ ਮਿੱਠਾ ਖਾਣ ਪੀਣ ਤੇ ਤੁਹਾਨੂੰ ਹੁਣ ਲੋਕੇਸ਼ਨ ਦਿੰਦੇ ਮੈਂ ਤੇ ਲੱਡੂ ਆਪਣੀ ਆਪਣੀ ਲੋਕੇਸ਼ਨ ਤੇ ਆ ਚੁੱਕੇ ਤੁਸੀਂ ਦੇਖ ਸਕਦੇ ਹੋ ਤੇ ਉੱਧਰ ਜਾ ਕੇ ਮੈਂ ਪੀਵਾਂਗਾ ਮੈਂਗੋ ਸ਼ੇਕ ਪੈਕ ਕਰਾਵਾਂ ਨਹੀਂ ਗਲਾਸਾਂ ਲਿਆਵਾਂ ਫਿਰ ਤੁਹਾਨੂੰ ਮਿਲਦਾ ਸੋ ਗਾਇਸ ਸਾਡੇ ਮੈਂਗੋ ਸ਼ੇਕ ਆ ਚੁੱਕੇ ਤੇ ਅੰਦਰ ਟੇਕ ਲਈ ਤਿਆਰ ਹੈ ਦੇਖੋ ਦੇਖ ਦੇਖੋ ਕਿਆ ਰਿਹਾ ਜਬੂ ਕਿਆ ਬੂਹੂ ਇੰਨਾ ਵੀ ਟੇਸਟੀ ਨਹੀਂ ਹੈਗਾ ਸੋ ਗਾਇਸ ਮੈਂ ਹੁਣ ਪੀ ਲਾਂ ਤੇ ਹੁਣ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ ਸੋ ਗਾਇਸ ਫਾਈਨਲੀ ਆਪਾਂ ਘਰੇ ਆ ਚੁੱਕੇ ਹਾਂ ਬਹੁਤ ਹੀ ਥੱਕੇ ਹਾਰੇ ਤੇ ਯਾਰ ਅੱਧਾ ਦਿਨ ਬਹੁਤ ਹੀ ਜ਼ਿਆਦਾ ਥਕਾਣ ਵਾਲਾ ਸੀ ਕਿਉਂਕਿ ਢਿੱਡ ਭਰ ਗਿਆ ਯਾਰ ਬਹੁਤ ਜ਼ਿਆਦਾ ਆਪਾਂ ਖਾ ਲਿਆ ਆਪਾਂ ਹੈਵੀ ਹੋ ਚੁੱਕੇ ਹਾਂ ਇਸ ਟਾਈਮ ਬਹੁਤ ਜ਼ਿਆਦਾ ਤੇ ਐਂਡ 'ਚ ਜਿਹੜਾ ਆਪਾਂ ਮਿੱਠਾ ਖਾ ਲਿਆ ਨਾ ਮਿੱਠਾ ਤੁਸੀਂ ਪੀ ਲਿਆ ਮੈਂਗੋ ਸ਼ੇਕ ਉਹਨਾਂ ਦੇ ਹੋਏ 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 ਸੋ ਇੱਧਰ ਹੁਣ ਕੱਪੜੇ ਵਗੈਰਾ ਚੇਂਜ ਕਰਨ ਲੱਗੇ ਆ ਸੋ ਮੈਂ ਵੀ ਕੱਪੜੇ ਚੇਂਜ ਕਰਾਂ ਫਿਰ ਤੁਹਾਨੂੰ ਮਿਲਦਾ ਸੋ ਗਾਇਸ ਮੈਂ ਰਾਤੀ ਵਲੋਗ ਐਂਡ ਕਰਨਾ ਭੁੱਲ ਗਿਆ ਤੇ ਹੁਣ ਜਸਟ ਉੱਠਿਆ ਸਵੇਰ ਦੇ ਆਈ ਥਿੰਕ 8:30 ਵਜੇ ਪਏ ਆ ਤੇ ਮੈਂ ਤੁਹਾਨੂੰ ਬਸ ਇੰਨਾ ਕਹੂੰਗਾ ਕਿ ਤੁਹਾਨੂੰ ਵਲੋਗ ਦੇਖਣ 'ਚ ਮਜ਼ਾ ਆਇਆ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਮੈਂ ਤਾਂ ਹੁਣ ਸੌਂ ਖਾ ਬੈਠਾ ਮੰਮੀ ਅਤੇ ਬਈਆ ਦੀ ਕਿ ਮੈਂ ਡੇਲੀ ਵਲੋਗ ਪਾਵਾਂਗਾ ਸੋ ਮੈਨੂੰ ਪਿਆਰ ਦਈਏ ਸਪੋਰਟ ਦਈਏ ਅਤੇ ਮੈਂ ਕਿ ਡੇਲੀ ਵਲੋਗ ਪਾ ਪਾਵਾਂ ਨਾ ਇੰਨੀ ਮੈਂ ਹਿੰਮਤ ਰੱਖਾਂ ਸੋ ਮਿਲਦੇ ਨਵੇਂ ਵਲੋਗ ਵਿੱਚ ਬਾਏ ਬਾਏ ਟੇਕ ਕੇਅਰ ਲਵ ਯੂ ਧਿਆਨ ਰੱਖਿਓ